ਇਹਦਾ ਮਤਲਬ ਤੁਸੀਂ ਦੋ ਵਾਰੀ ਡਬਲ ਮਲਟੀਪਲਾਈ ਕਰਨਾ, ਠੀਕ ਹੈ। ਹੁਣ ਆਹ ਜਿਹੜੀ ਟ੍ਰਿਕ ਮੈਂ ਤੁਹਾਨੂੰ ਸਿਖਾਉਂਗੀ, ਇਹ 11 ਤੋਂ ਲੈ ਕੇ 99 ਦੀ ਡਿਜਿਟ ਤੱਕ ਕੀ ਕਰਨਾ, ਕੰਮ ਕਰਨਾ। ਕਿ ਮਤਲਬ ਕਿ ਤੁਸੀਂ 11 ਤੋਂ ਲੈ ਕੇ 99 ਤੱਕ ਕੋਈ ਵੀ ਨੰਬਰ ਦਾ ਸਕੇਅਰ ਕਰ ਸਕਦੇ ਹੋ, ਆਨਸਰ ਸਹੀ ਆਊਗਾ। ਮੈਚ ਵੀ ਕਰਕੇ ਵੇਖ ਲਓ, ਕੈਲਕੂਲੇਟਰ ਨਾਲ ਰੱਖਿਆ ਕਰੋ ਆਪਦੀ। ਸਿਮਰਨ ਬੋਲ। 87। ਇੱਧਰ ਦੇਖੋ ਧਿਆਨ ਨਾਲ ਸਾਰੇ ਬੱਚੇ, 8 ਨੂੰ 8 ਨਾ ਕਰੋ ਮਲਟੀਪਲਾਈ ਤੇ, ਇਹਦੇ ਨੀਚੇ ਲਿਖੋ। 7 ਨੂੰ 7 ਨਾ ਕਰੋ ਮਲਟੀਪਲਾਈ ਤੇ, ਇਹਦੇ ਨੀਚੇ ਲਿਖੋ। ਹੁਣ 8 ਨੂੰ 7 ਨੂੰ 2 ਨੂੰ ਮਲਟੀਪਲਾਈ ਕਰਨਾ ਹੈ, ਕਿੰਨਾ ਆਇਆ? 112। ਇੱਧਰੋਂ ਇੱਕ ਡਿਜਿਟ ਛੱਡ ਦਿਓ ਤੇ ਲਿਖ ਦਿਓ 1 1। ਐਡੀਸ਼ਨ ਕਰ ਦਿਓ, ਚੈੱਕ ਕਰੋ ਕੈਲਕੂਲੇਟਰ ਤੇ ਸਹੀ ਹੈ। ਚੱਲ ਏਕਮ ਤੂੰ ਬੋਲ, ਹੁਣ ਕੋਈ ਨੰਬਰ ਬੋਲ ਦਾ ਕਰਾਂ। 56। ਦੇਖੋ ਹੁਣ ਜਿਵੇਂ 56 ਦਾ ਸਕੇਅਰ ਕਰਨਾ, 5 ਨੂੰ 5 ਨਾ ਕਰੋ, ਕਿੰਨਾ ਆ ਗਿਆ? 25। 6 ਨੂੰ 6 ਨਾ ਕਰੋ, 36। ਲਿਖਤਾ ਨਾ ਦੇ ਨੀਚੇ, 5 ਦਾ 5 ਦੇ ਨੀਚੇ, 6 ਦਾ ਇਹਦੇ ਨੀਚੇ ਮਲਟੀਪਲਾਈ ਕਰੋ ਤਿੰਨਾਂ ਨੂੰ। 5 ਮਲਟੀਪਲਾਈ 6 ਮਲਟੀਪਲਾਈ 60, ਕਿੰਨਾ ਆ ਗਿਆ? 60। ਇੱਕ ਵਾਰਡ ਛੱਡ ਕੇ, ਇਧਰੋਂ ਡਿਜਿਟ ਛੱਡ ਕੇ ਸੌਰੀ, ਐਡੀਸ਼ਨ ਕਰ ਦਿਓ। 2 3। ਹੁਣ ਕੋਈ ਹੋਰ ਬੱਚਾ ਜਿਹਨੇ ਕੋਈ ਡਾਊਟ ਕਲੀਅਰ ਕਰਨਾ, ਕੋਈ ਨੰਬਰ ਬੋਲ ਦਿਓ। ਕੋਈ ਨੰਬਰ ਬੋਲ ਅਰਮਾਨ, ਜਿਹਦਾ ਸਕੇਅਰ ਕਰਾਂ। 76। ਦੇਖੀ ਧਿਆਨ ਨਾਲ, ਫਿਰ ਕੈਲਕੂਲੇਟਰ ਵੀ ਕੱਢ ਲਈ। 76 ਦਾ ਸਕੇਅਰ ਇੱਧਰ ਕਰ ਦਿੰਦੇ ਹਾਂ, ਬੋਰਡ ਕਿੱਧਰ। 7 ਨੂੰ 7 ਨਾਲ ਕੀਤਾ 49, 6 ਨੂੰ 6 ਨਾਲ ਕੀਤਾ 36, 7 ਮਲਟੀਪਲਾਈ 6 ਮਲਟੀਪਲਾਈ 2 ਕਿੰਨਾ ਆ ਗਿਆ? 84। ਇੱਕ ਡਿਜਿਟ ਛੱਡ ਕੇ ਇੱਧਰ ਐਡੀਸ਼ਨ ਕਰਤੀ, ਕਿੰਨਾ? 6 7 5 7 7 6 ਆ ਗਿਆ। ਇਹ ਕਿਹਦਾ ਆ ਗਿਆ ਸਕੇਅਰ? 76 ਦਾ, ਠੀਕ ਹੈ।